ਸਤਿ ਸ਼੍ਰੀ ਅਕਾਲ ਸਟੂਡੈਂਟਸ, ਆਪਣਾ ਟੌਪਿਕ ਚੱਲ ਰਿਹਾ ਸੀਗਾ ਚੈਕਿੰਗ ਅਤੇ ਮਾਰਕਿੰਗ ਟੂਲਸ। ਉਸੇ ਕੜੀ ਨੂੰ ਅੱਗੇ ਵਧਾਉਂਦੇ ਹੋਏ ਆਪਾਂ ਅੱਜ ਗੱਲ ਕਰਾਂਗੇ ਜੀ। ਇਸ ਟਾਈਮ ਤੁਹਾਡੇ ਸਕਰੀਨ ਦੇ ਉੱਤੇ ਕਾਫੀ ਸਾਰੇ ਡਾਇਗ੍ਰਾਮਸ ਬਣੇ ਹੋਏ ਨੇ ਅਤੇ ਉਹਦੇ ਬਾਰੇ ਗੱਲ ਕਰਾਂਗੇ। ਇੱਕ ਮੈਂ ਤੁਹਾਨੂੰ ਪਿਛਲੇ ਟੌਪਿਕ ਦੇ ਵਿੱਚ ਗੱਲ ਕੀਤੀ ਸੀ ਪ੍ਰਿਕ ਪੰਚ ਦੀ, ਠੀਕ ਹੈ ਜੀ। ਪ੍ਰਿਕ ਪੰਚ ਜਿਹੜਾ ਇਹਦਾ ਐਂਗਲ ਹੁੰਦਾ ਜਿਹੜਾ ਪ੍ਰਿਕ ਪੰਚ, ਕਿਉਂਕਿ ਪੰਚ ਜਿਹੜਾ ਮਾਰਕਿੰਗ ਵਾਸਤੇ ਯੂਜ਼ ਕੀਤਾ ਜਾਂਦਾ ਅਤੇ ਸੈਂਟਰ ਪੰਚ ਵੀ ਯੂਜ਼ ਕੀਤੇ ਜਾਂਦੇ ਨੇ ਅਤੇ ਡੋਟ ਪੰਚ ਤਾਂ ਠੀਕ ਹੈ ਜੀ, ਠੀਕ ਹੈ। ਮਟੀਰੀਅਲ ਪੰਚ ਆ ਤੁਹਾਨੂੰ ਦੱਸਤਾ ਸੀਗਾ ਕਿ ਹਾਈ ਕਾਰਬਨ ਸਟੀਲ ਜਿੱਦਾਂ ਜਾਂ ਆਪਾਂ ਕਹਿ ਸਕਦੇ ਹਾਈ ਸਪੀਡ ਸਟੀਲ ਹੁੰਦਾ ਹੁੰਦਾ, ਠੀਕ ਹੈ। ਹੈਮਰਿੰਗ ਹੁੰਦੀ ਹੈ ਇੱਕ ਐਂਡ ਦੇ ਉੱਤੇ ਉੱਤੇ ਅਤੇ ਜਿਹੜਾ ਦੂਸਰਾ ਐਂਡ ਹੁੰਦਾ ਉਹ ਸ਼ਾਰਪਨ ਹੁੰਦਾ, ਠੀਕ ਹੈ ਜੀ। ਇਹਦਾ ਐਂਗਲ ਹੁੰਦਾ ਆਪਣਾ ਕਹਿ ਸਕਦੇ ਹਾਂ ਅਤੇ ਜਿਹੜਾ 30 ਡਿਗਰੀ ਹੁੰਦਾ ਜੀ, ਠੀਕ ਹੈ ਜੀ। ਇਹ ਐਂਗਲ ਅਤੇ ਆ ਚੀਜ਼, ਠੀਕ ਹੈ ਜੀ। ਨੈਕਸਟ ਆਪਾਂ ਗੱਲ ਕਰਾਂਗੇ ਹੋਲੋ ਪੰਚ। ਇਹ ਪੰਚਿੰਗ ਯੂਜ਼ ਕੀਤਾ ਜਾਂਦਾ ਹੋਲਸ ਇਨ ਦੀ ਸਰਾਖ ਕੱਢਣ ਵਾਸਤੇ, ਸ਼ੀਟਾਂ ਵਾਸਤੇ, ਠੀਕ ਹੈ। ਅਲਮੀਨੀਅਮ ਦੀ ਸ਼ੀਟਸ ਹੁੰਦੀਆਂ ਨੇ ਉਹਦੇ 'ਚ ਸਰਾਖ ਕੱਢਣ ਵਾਸਤੇ ਇਹ ਯੂਜ਼ ਕੀਤਾ ਜਾਂਦਾ, ਠੀਕ ਹੈ। ਅਤੇ ਇਨਰ ਅਤੇ ਆਊਟਰ ਸਰਫੇਸ ਇਹਦੇ ਵਿੱਚ ਕੀ ਹੁੰਦਾ ਜਿਹੜਾ ਇਹ ਇਹਦਾ 40 ਡਿਗਰੀ ਦਾ ਐਂਗਲ ਬਣਾਉਂਦੇ ਨੇ, ਰਾਈਟ, ਠੀਕ ਹੈ। ਅਤੇ ਜਦੋਂ ਇਹ ਜਦੋਂ ਆਪਾਂ ਕਹਿ ਸਕਦੇ ਇਨਰ ਅਤੇ ਆਊਟਰ ਸਰਫੇਸ, ਇਹਦੇ ਵਿੱਚ ਦੋ ਸਰਫੇਸ ਹੁੰਦੇ ਨੇ, ਇਹਨਾਂ ਦਾ ਇੱਕ ਇਹਦਾ ਇਨਰ, ਇੱਕ ਹੁੰਦਾ ਆਊਟਰ। ਜਦੋਂ ਇਹ ਮਿਲਦੇ ਨੇ ਤਾਂ 40 ਡਿਗਰੀ ਦਾ ਐਂਗਲ ਬਣਦਾ ਅਤੇ ਠੀਕ ਹੈ, ਅਤੇ ਸੀਟ ਦੇ ਵਿੱਚ ਹੋਲ ਕਰਨ ਦੇ ਕੰਮ ਆਉਂਦਾ। ਉਸ ਤੋਂ ਬਾਅਦ ਗੱਲ ਕਰਾਂਗੇ ਆਪਾਂ ਯੂਨੀਵਰਸਲ ਮਾਰਕਿੰਗ ਏਜ, ਠੀਕ ਹੈ ਜੀ। ਯੂਨੀਵਰਸਲ ਮਾਰਕਿੰਗ ਏਜ ਦੇ ਵਿੱਚ ਕਿ ਇਹ ਕਾਸਟ ਆਇਰਨ ਦਾ ਬੇਸ ਹੁੰਦਾ, ਇਹਦਾ ਜਿਹੜਾ ਬੇਸ ਹੁੰਦਾ ਇਹ ਕਾਸਟ ਆਇਰਨ ਦਾ ਹੁੰਦਾ, ਠੀਕ ਹੈ। ਇਹਦੇ 'ਚ ਸਕ੍ਰਾਈਬਰ ਲੱਗਿਆ ਹੁੰਦਾ, ਠੀਕ ਹੈ, ਅਤੇ ਸਪਿੰਡਲ ਲੱਗੀ ਹੁੰਦੀ ਹੈ, ਠੀਕ ਹੈ ਜੀ। ਅਤੇ ਜਿਹੜਾ ਸਪਿੰਡਲ ਨੂੰ ਆਪਾਂ ਐਗਜ਼ਲੀ ਮੂਵ ਕਰ ਸਕਦੇ ਹਾਂ, ਠੀਕ ਆ, ਡਾਇਰੈਕਸ਼ਨ ਦੇ ਵਿੱਚ, ਠੀਕ ਆ, ਅਪਵਰਡ ਅਤੇ ਡਾਊਨਵਰਡ ਡਾਇਰੈਕਸ਼ਨ ਦੇ ਵਿੱਚ, ਠੀਕ ਹੈ ਜੀ। ਅਤੇ ਇੱਥੇ ਇੱਕ ਨਟਸ ਲੱਗਿਆ ਹੁੰਦਾ ਜਿਹਦੇ ਨਾਲ ਕਿ ਜਿਹੜੇ ਸਪਿੰਡਲ ਆ ਇਹ ਇਸ ਟਾਈਮ ਅਤੇ ਇਸ ਟਾਈਮ ਨੂੰ ਜਿਹੜਾ ਇਹ ਮੂਵ ਕਰ ਸਕਦੀ ਹੈ ਈਜ਼ੀਲੀ, ਰਾਈਟ, ਠੀਕ ਆ। ਇਹਨੂੰ ਆਪਾਂ ਕਿਸੇ ਵੀ ਐਂਗਲ ਉੱਤੇ, ਕਿਸੇ ਵੀ ਹਾਈਟ ਉੱਤੇ ਆਪਾਂ ਸਪਿੰਡਲ ਲੈਂਥ ਦੇ ਦੌਰਾਨ ਇਹ ਆਪਾਂ ਸੈੱਟ ਕਰ ਸਕਦੇ ਹਾਂ, ਠੀਕ ਆ ਜੀ। ਇਹਨੂੰ ਆਪਾਂ ਮਾਰਕਿੰਗ ਪਰਪਸ ਵਾਸਤੇ ਆਪਾਂ ਯੂਜ਼ ਕਰਦੇ ਹਾਂ। ਉਸ ਤੋਂ ਬਾਅਦ ਆਉਂਦਾ ਸਟੀਲ ਰੂਲ, ਠੀਕ ਹੈ ਜੀ। ਸਟੀਲ ਰੂਲ ਇਹ ਮੇਡ ਅਪ ਆਫ ਸਟੀਲ ਦਾ ਬਣਿਆ ਹੁੰਦਾ, ਠੀਕ ਹੈ। ਇਹਦੇ ਵਿੱਚ ਲਾਰਜ ਸਾਈਜ਼ ਹੁੰਦੇ ਨੇ, 6 ਇੰਚ ਤੋਂ ਲੈ ਕੇ ਆਪਾਂ ਕਹਿ ਸਕਦੇ ਹਾਂ 24 ਇੰਚ ਤੱਕ ਹੁੰਦੇ ਨੇ, ਠੀਕ ਹੈ। ਇਹ ਜਿਹੜੀਆਂ ਮਾਰਕ ਹੁੰਦੀਆਂ ਇੰਚਾਂ ਦੇ ਵਿੱਚ ਵੀ ਹੁੰਦੀ ਹੈ ਅਤੇ ਸੈਂਟੀਮੀਟਰ ਸਕੇਲ ਦੇ ਵਿੱਚ ਵੀ ਹੁੰਦੀ ਹੈ, ਠੀਕ ਹੈ। ਅਤੇ ਜਿਹੜਾ ਇਹਦਾ ਜਿਹੜਾ ਫੇਸ ਹੁੰਦਾ ਉਹ ਮਸ਼ੀਨ ਰਿਟਰੀਵ ਹੁੰਦਾ, ਠੀਕ ਹੈ ਜੀ। ਅਤੇ ਇਹ ਆਪਾਂ ਰਫ ਹੈਂਡਲਿੰਗ ਤੋਂ ਆਪਾਂ ਨੂੰ ਅਵੋਇਡ ਕਰਨਾ ਚਾਹੀਦਾ ਇਹਦੇ ਵਾਸਤੇ ਕਿ ਰਫ ਹੈਂਡਲਿੰਗ ਆਪਾਂ ਨਾ ਕਰ ਸਕੇ। ਉਸ ਤੋਂ ਬਾਅਦ ਆਉਂਦਾ ਸਕ੍ਰਾਈਬਰ। ਸਕ੍ਰਾਈਬਰ ਕੀ ਹੁੰਦਾ? ਇੱਕ ਹਾਰਡਨਡ ਸਟੀਲਡ ਜਿਹੜਾ ਪੁਆਇੰਟ ਹੁੰਦਾ, ਆਹ ਪੁਆਇੰਟ ਹੁੰਦਾ, ਠੀਕ ਹੈ। ਦੋਏ ਐਂਡ ਹੁੰਦੇ ਨੇ, ਇੱਕ ਐਂਡ ਇਹਦਾ ਕਹਿ ਲਓ ਵੀ ਨੀਡਲ ਦੇ ਤੌਰ 'ਤੇ ਹੁੰਦਾ, ਇਹਨੂੰ ਆਪਾਂ ਨੀਡਲ ਕਹਿੰਦੇ ਹਾਂ, ਠੀਕ ਹੈ ਜੀ। ਇਹ ਜਿਹੜਾ ਇਹਨੂੰ ਹੋਲਡ ਲਾਈਕ ਆ ਪੈਨਸਲ, ਜਿਵੇਂ ਆਪਾਂ ਇੱਕ ਪੈਨਸਲ ਨੂੰ ਆਪਾਂ ਹੋਲਡ ਕਰਦੇ ਹਾਂ, ਠੀਕ ਹੈ ਜੀ। ਉਸ ਤੋਂ ਬਾਅਦ ਜਿਹੜੇ ਐਂਡ ਹੁੰਦੇ ਨੇ ਇਹ ਸ਼ਾਰਪ ਹੁੰਦੇ ਨੇ ਅਤੇ ਆਪਾਂ ਇਫੈਕਟਨੈਸ ਦੇ ਵਿੱਚ ਜਿਹੜਾ ਯੂਜ਼ ਕਰਦੇ ਹਾਂ। ਉਸ ਤੋਂ ਬਾਅਦ ਨੈਕਸਟ ਆਪਾਂ ਗੱਲ ਕਰਾਂਗੇ ਇਹਦਾ ਸਟਰੇਟ ਐਜ ਆਉਂਦਾ, ਠੀਕ ਹੈ ਜੀ। ਸਟਰੇਟ ਐਜ ਆ ਜਾਂਦਾ, ਠੀਕ ਹੈ, ਆਹ ਚੀਜ਼, ਠੀਕ ਹੈ। ਸਟਰੇਟ ਐਜ ਇਹ ਆਪਾਂ ਇੱਕ ਥਿਨ ਫਲੈਟ ਪੀਸ ਆਫ ਸਟੀਲ ਹੁੰਦਾ, ਇੱਕ ਸਟੀਲ ਦਾ ਜਿਹੜਾ ਇਹ ਕਹਿ ਸਕਦੇ ਹਾਂ ਆਪਣਾ ਪੀਸ ਆ, ਠੀਕ ਹੈ। ਇਹਨੂੰ ਐਕੂਰੇਟਲੀ ਫਿਨਿਸ਼ਡ ਕੀਤਾ ਜਾਂਦਾ, ਇਹਦੇ ਜਿਹੜੇ ਐਜਜ਼ ਹੁੰਦੇ ਨੇ, ਆਹ ਐਜਜ਼ ਹੁੰਦੇ ਨੇ, ਠੀਕ ਹੈ ਜੀ। ਐਜਜ਼ ਜਿਹੜੇ ਪ੍ਰੋਪਰਲੀ ਇਹਦੇ ਵਿੱਚ ਫਿਨਿਸ਼ ਕੀਤੇ ਹੁੰਦੇ ਨੇ, ਅਤੇ ਜਿਹੜੇ ਆਲ ਜਿਹੜੇ ਆਪਾਂ ਕਹਿ ਸਕਦੇ ਐਂਡਡ ਜਿਹੜੇ ਹੁੰਦੇ ਨੇ, ਇਹਦੇ ਵਿੱਚ ਟੈਸਟਿੰਗ ਅਤੇ ਮਾਰਕਿੰਗ ਵਾਸਤੇ ਜਿਹੜੇ ਯੂਜ਼ ਕੀਤੇ ਜਾਂਦੇ ਨੇ। ਇਹਨੂੰ ਆਪਾਂ ਇਸ ਵਾਸਤੇ ਕੀਤਾ ਜਾਂਦਾ, ਇਸ ਤੋਂ ਬਾਅਦ ਇਹ ਇੰਨਾ ਕੁ ਥਿੱਕ ਹੁੰਦਾ, ਇੰਨਾ ਕੁ ਮੋਟਾ ਹੁੰਦਾ, ਅਤੇ ਇੱਕ ਤਾਂ ਟੂ ਅਵੋਇਡ ਵੈਂਡਿੰਗ, ਅਦਰਵਾਈਜ਼ ਨੋ ਪ੍ਰਸਾਈਜ਼ ਟੈਸਟਿੰਗ ਵਿਲ ਵੀ ਡਨ, ਮਤਲਬ ਕਿ ਇਹਨੂੰ ਆਪਾਂ ਇਸ ਤਰ੍ਹਾਂ ਟੈਕਲ ਕਰਨਾ ਅਤੇ ਇਹ ਬੈਂਡ ਨਾ ਹੋਵੇ, ਨਹੀਂ ਤਾਂ ਆਪਾਂ ਨੂੰ ਪ੍ਰੋਪਰ ਜਿਹੜੀ ਟੈਸਟਿੰਗ ਆ ਉਹ ਨਹੀਂ ਵਰ ਸਕਦੇ। ਇਹਨੂੰ ਆਪਾਂ ਇਹ ਐਕਚੁਲੀ ਨਹੀਂ ਆ, ਇਹ ਇਟ ਇਜ਼ ਨੋਟ ਆ ਐਕਚੁਲੀ ਹਾਰਡਨ, ਮਤਲਬ ਕਿ ਇੱਕ ਐਕਚੁਲੀ ਹਾਰਡਨ ਨਹੀਂ ਹੁੰਦਾ ਹੈਗਾ। ਇਹਨੂੰ ਆਪਾਂ ਲੈਵਲਿੰਗ ਅਤੇ ਟੈਸਟਿੰਗ ਪਰਪਸ ਵਾਸਤੇ ਆਪਾਂ ਯੂਜ਼ ਕਰ ਰਹੇ ਹਾਂ, ਠੀਕ ਹੈ। ਇਹ ਤਾਂ ਚਲੋ ਸੀਗੀ ਆਪਣੇ ਚੈਕਿੰਗ ਅਤੇ ਮਾਰਕਿੰਗ ਟੂਲਸ ਜਿਹੜੇ ਐਲਸ ਜਿਹੜੇ ਰਹਿ ਗਏ ਸੀਗੇ, ਠੀਕ ਹੈ। ਮੈਨੂੰ ਆਸ ਹੈ ਕਿ ਤੁਸੀਂ ਇਸ ਲੈਕਚਰ ਤੋਂ ਵਾਕਫ ਹੋ ਗਏ ਹੋਵੋਗੇ, ਠੀਕ ਹੈ। ਥੈਂਕ ਯੂ ਵੈਰੀ ਮੱਚ।